ਵਾਸ਼ਿੰਗਟਨ ਡੀਸੀ ਦੇ ਵਿੱਚ ਯੂਐਸ ਸੀਕ੍ਰੈਟ ਸਰਵਿਸ ਦੇ ਆਫੀਸ਼ੀਅਲਸ ਤੇ ਐਫਬੀਆਈ ਦੇ ਆਫੀਸ਼ੀਅਲਸ ਟੈਸਟੀਫਾਈ ਕਰ ਰਹੇ ਹੈਗੇ ਆ ਦੋ ਸੈਨੇਟ ਕਮੇਟੀਜ਼ ਦੇ ਅੱਗੇ ਵੀ ਕਿਹੜੇ ਕਾਰਨ ਆ, ਕਿਹੜਾ ਲੈਪਸ ਆ ਸਿਕਿਉਰਿਟੀ ਦਾ ਜਿਹਦੇ ਕਰਕੇ ਪ੍ਰੈਜੀਡੈਂਟ ਡੋਨਲਡ ਟਰੰਪ ਜਿਹੜੇ ਸਾਬਕਾ ਪ੍ਰੈਜੀਡੈਂਟ ਆ ਉਹਨਾਂ ਦੇ ਉੱਤੇ ਪੈਨਸਲਵੇਨੀਆ ਦੇ ਕੈਂਪੇਨ ਦੇ ਦੌਰਾਨ ਇਹ ਹਮਲਾ ਹੋਇਆ ਹੈਗਾ। ਜਿਹੜੀ ਜੁਆਇੰਟ ਹੀਅਰਿੰਗ ਆ ਇਹਦੇ ਵਿੱਚ ਐਫਬੀਆਈ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਪੌਲ ਅਵਾਟੇ, ਸੀਕ੍ਰੈਟ ਸਰਵਿਸ ਦੇ ਐਕਟਿੰਗ ਡਾਇਰੈਕਟਰ ਰੋਨਲਡ ਰੋਵੇ, ਤੇ ਇਹ ਤੀਜੀ ਜਿਹੜੀ ਕਾਂਗਰੈਸ਼ਨਲ ਪ੍ਰੋਸੀਡਿੰਗ ਆ ਇੱਕ ਵੀਕ ਦੇ ਵਿੱਚ ਚੱਲ ਰਹੀ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ ਜਿਸ ਟਾਈਮ ਦੇ ਉੱਤੇ ਅਟੈਕ ਹੋਇਆ ਸੀ ਇੱਕ ਜਣੇ ਦੀ ਮੌਤ ਹੋ ਗਈ, ਦੋ ਜਣੇ ਬੜੀ ਬੁਰੀ ਤਰ੍ਹਾਂ ਫੱਟੜ ਹੋਏ ਤੇ ਪ੍ਰੈਜੀਡੈਂਟ ਡੋਨਲਡ ਟਰੰਪ ਹੋਣੀ ਵਾਲ ਵਾਲ ਬਚ ਗਏ ਸੀ। ਉਹਨਾਂ ਦੇ ਕੰਨ ਦੇ ਉੱਤੇ ਜਿਹੜੀ ਗੋਲੀ ਦੇ ਕੁਛ ਜਿਹੜਾ ਪਾਰਟਸ ਆ ਉਹ ਲੱਗੇ ਸੀ। ਤੇ ਓਪਨਿੰਗ ਸਟੇਟਮੈਂਟ ਦੇ ਵਿੱਚ ਅਵਾਟੇ ਨੇ ਰਿਵੀਲ ਕੀਤਾ ਕਿ ਐਫਬੀਆਈ ਨੇ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਸ਼ੂਟਰ ਦਾ ਸੀ ਉਹਦੇ ਦੇ ਉਹਨਾਂ ਨੇ ਕਮੈਂਟ ਲੱਭੇ, ਕਹਿੰਦੇ ਭਈ ਉਹਦੇ 2019 ਤੇ 2020 ਦੇ ਵਿੱਚ ਬੜੇ ਐਕਸਟ੍ਰੀਮ ਕਮੈਂਟ ਸੀਗੇ ਤੇ ਐਂਟੀ ਸੈਮਿਟਿਕ, ਐਂਟੀ ਇਮੀਗ੍ਰੇਸ਼ਨ ਥੀਮਸ ਤੇ ਪੋਲੀਟੀਕਲ ਵਾਇਲੈਂਸ ਦੇ ਜਿਹੜੇ ਉਦਾਂ ਦੇ ਉਹ ਕਮੈਂਟ ਪਾਉਂਦਾ ਰਹਿੰਦਾ ਸੀਗਾ। ਸਾਰਿਆਂ ਨੂੰ ਪਤਾ ਆ ਭਈ ਸੀਕ੍ਰੈਟ ਸਰਵਿਸ ਦੇ ਡਾਇਰੈਕਟਰ ਕਿੰਬਰਲੀ ਸ਼ੀਟਲ ਉਸਨੂੰ ਰਿਜ਼ਾਈਨ ਕਰਨਾ ਪਿਆ ਜਦੋਂ ਉਹਦਾ ਕਾਫੀ ਜ਼ਿਆਦਾ ਜਿਹੜਾ ਕ੍ਰਿਟੀਸਿਜ਼ਮ ਹੋਇਆ। ਸੀਕ੍ਰੈਟ ਸਰਵਿਸ ਨੂੰ ਕਾਫੀ ਜ਼ਿਆਦਾ ਕ੍ਰਿਟੀਸਿਜ਼ਮ ਸਹਿਣਾ ਪੈ ਰਿਹਾ ਹੈਗਾ ਵੀ ਕਿਸ ਤਰ੍ਹਾਂ 20 ਸਾਲਾਂ ਦਾ ਥੋਮਸ ਮੈਥਿਊ ਕਰੋਕ ਉਹ ਇੱਕ ਰੂਫ ਦੇ ਉੱਤੇ ਕਿੱਦਾਂ ਉਸਨੇ ਐਕਸੈਸ ਲੈ ਲਿਆ, ਕਿੱਦਾਂ ਉਹ ਸਿਰਫ 100-150 ਯਾਰਡ ਦੇ ਉੱਤੇ ਸੀ ਜਿੱਥੋਂ ਉਹ ਸ਼ਰੇਆਮ ਗੋਲੀ ਦੇ ਨਾਲ ਮਾਰ ਸਕਦਾ ਸੀਗਾ। ਹਾਲਾਂਕਿ ਉਸ ਨੂੰ ਬਾਅਦ ਦੇ ਵਿੱਚ ਸੀਕ੍ਰੈਟ ਸਰਵਿਸ ਸਨਾਈਪਰਸ ਨੇ ਮਾਰ ਵੀ ਦਿੱਤਾ, 8 ਰਾਊਂਡ ਉਹਨਾਂ ਨੇ ਚਲਾਏ ਸੀਗੇ। ਯਾ ਉਹ ਤੋਂ ਬਾਅਦ ਹਰਜੋਤ ਸਿੰਘ ਜੀ ਕੱਲ ਪਰਸੋਂ ਦੀਆਂ ਕੁਛ ਹੋਰ ਵੀਡੀਓਜ਼ ਵੀ ਸਾਹਮਣੇ ਆ ਰਹੀਆਂ, ਕਹਿੰਦੇ ਵੀ ਜਿੱਥੇ ਉਹ ਸ਼ੂਟਰ ਸੀਗਾ ਅਜੇ ਟਰੰਪ ਹੁਣੀ ਬੋਲ ਰਹੇ ਸੀ, ਆਲੇ ਦੁਆਲੇ ਪੁਲਿਸ ਘੇਰਾ ਪਾ ਰਹੇ ਸੀ, ਪਰ ਕਹਿੰਦੇ ਵੀ ਸਭ ਤੋਂ ਵੱਡੀ ਚੂਕ ਇਹ ਹੋਈ ਵੀ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਇੱਦਾਂ ਦਾ ਬੰਦਾ ਹੈਗਾ ਆ ਨਾ, ਅਨਆਡੈਂਟੀਫਾਈਡ ਆ ਕੋਈ ਬੰਦਾ ਜਿਹਦੇ ਬਾਰੇ ਪਤਾ ਨਹੀਂ ਵੀ ਉਹ ਕੀ ਕਰ ਸਕਦਾ, ਪੁਲਿਸ ਉਹਨੂੰ ਘੇਰਾ ਪਾ ਰਹੀ ਆ, ਅਤੇ ਟਰੰਪ ਉਹਨਾਂ ਨੂੰ ਉੱਥੇ ਜਿਹੜਾ ਉਹ ਬੋਲਣ ਦਿੱਤਾ ਜਾ ਰਿਹਾ ਸੀ, ਉਹਨਾਂ ਨੂੰ ਝੱਟ ਦੇਣੀ ਜਿਹੜੀ ਸਟੇਜ ਤੋਂ ਲਾਇਆ ਨਹੀਂ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਚੱਲ ਰਹੀਆਂ। ਐਕਟਿਕ ਸੀਕ੍ਰੈਟ ਸਰਵਿਸ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਤਾਂ ਕਿਹਾ ਵੀ ਜਿਹੜੀ ਟਰੰਪ ਹੋਣਾ ਦੀ ਸ਼ੂਟਿੰਗ ਆ ਫੇਲੀਅਰ ਸੀਗੀ ਸੀਕ੍ਰੈਟ ਸਰਵਿਸ ਦੀ। ਸੀਕ੍ਰੈਟ ਸਰਵਿਸ ਕਹਿੰਦੇ ਵੀ ਬੈਂਡਵਿਡਥ ਇਸ਼ੂ, ਜਿੱਦਾਂ ਜਿਸ ਦਿਨ ਰੈਲੀ ਸੀਗੀ ਉਸ ਦਿਨ ਜਿਹੜੀ ਉਹ ਉਸ ਦੇ ਵਿੱਚ ਫਸ ਗਈ। ਐਕਟਿੰਗ ਜਿਹੜੇ ਡਾਇਰੈਕਟਰ ਜਿਹੜੇ ਹੁਣ ਲਾਏ ਗਏ ਆ ਚੀਟਲ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ, ਰੋਨਲਡ ਰੋਈ ਜੂਨੀਅਰ। ਹੁਣ ਸੀਕ੍ਰੈਟ ਸਰਵਿਸ ਨੂੰ ਬੈਂਡਵਿਡਥ ਦੀ ਪ੍ਰੋਬਲਮ ਆ ਜਾਊਗੀ ਪ੍ਰੈਜੀਡੈਂਟ ਜਾਂ ਸਾਬਕਾ ਪ੍ਰੈਜੀਡੈਂਟ ਨੂੰ ਬਚਾਉਣ ਦੇ ਲਈ, ਇਹ ਤਾਂ ਬੜੀ ਇੱਕ ਅਚੰਭੇ ਵਾਲੀ ਅਤੇ ਬੜੀ ਨਮੋਸ਼ੀ ਜਨਕ ਜਿਹੜੀ ਗੱਲ ਓਵਰਆਲ ਜਿਹੜੀ ਉਹ ਰਹਿ ਗਈ ਹੈਗੀ ਆ। ਸੋ ਕਰੋਕਸ ਦੇ ਬਾਰੇ ਹੋਰ ਵੀ ਕਈ ਕੁਛ ਜਿਹੜਾ ਪਤਾ ਲੱਗ ਰਿਹਾ ਆ, ਉਹ ਕਹਿੰਦੇ ਵੀ ਸਾਲ ਪਹਿਲਾਂ ਹੀ ਉਸਨੇ ਹਥਿਆਰ ਅਤੇ ਅਸਲਾ ਜਿਹੜਾ ਆ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉੱਦਾਂ ਜਿਸ ਦਿਨ ਉਸਨੇ ਗੋਲੀ ਕਾਂਡ ਕੀਤਾ ਆ ਉਹਨੇ ਆਪਣੇ ਪਿਓ ਦੀ ਜਿਹੜੀ ਬੰਦੂਕ ਆ ਉਸ ਦੀ ਵਰਤੋਂ ਕੀਤੀ ਸੀਗੀ, ਅਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਪਿਓ ਦਾ ਕਈ ਦਿਨ ਤਾਂ ਪਹਿਲਾਂ ਘਰੇ ਹੀ ਰਿਹਾ, ਪਰ ਹੁਣ ਇਵੈਂਚੁਅਲੀ ਕਹਿੰਦੇ ਵੀ ਉਸਨੇ ਆਪਣੀ ਰੈਗੂਲਰ ਲਾਈਫ ਦੁਬਾਰਾ ਜਿਹੜੀ ਜੀਣੀ ਆ ਉਹ ਆਮ ਪਬਲਿਕ ਦੇ ਵਿੱਚ ਆਉਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਅਸੈਸੀਨੇਸ਼ਨ ਅਟੈਂਪਟ ਜਿਹੜਾ ਹੋਇਆ ਆ ਉਸ ਦੇ ਵਿੱਚ ਜਿਹੜੇ ਫੇਲੀਅਰ ਆ ਉਹ ਇੱਕ ਵੱਡੀ ਗੱਲ ਆ। ਕੱਲ੍ਹ ਵੀ ਆਪਾਂ ਜਿੱਦਾਂ ਦੱਸਿਆ ਸੀ ਵੀ ਉੱਥੋਂ ਦੀ ਲੋਕਲ ਸਵਾਟ ਟੀਮ ਨੇ ਜਿਹੜੇ ਖੁਲਾਸੇ ਕੀਤੇ ਆ ਵੀ ਸੀਕ੍ਰੈਟ ਸਰਵਿਸ ਨੇ ਆ ਕੇ ਬਰੀਫਿੰਗ ਦੇਣੀ ਹੁੰਦੀ ਆ, ਮਿਲਣਾ ਹੁੰਦਾ ਆ, ਉਹ ਉਹਨਾਂ ਨੇ ਕੰਮ
ਕੀਤਾ ਹੀ ਨਹੀਂ। ਸੋ ਉੱਥੋਂ ਵੀ ਜਿਹੜੇ ਹੁਣ ਨਵੇਂ ਸਵਾਲ ਹੋਰ ਪੈਦਾ ਹੋ ਗਏ ਆ ਵੀ ਇਹਨਾਂ ਨੇ ਕਿਹੜੇ ਪ੍ਰੋਸੈਸ ਜਾਂ ਕਿਹੜੇ ਪ੍ਰੋਸੀਜਰ ਜਿਹੜੇ ਆ ਉਹ ਫੋਲੋ ਕੀਤੇ ਸੀ। ਬੀਵਰ ਕਾਊਂਟੀ ਦੇ ਵਿੱਚ ਇਹ ਪੈਂਦਾ ਆ, ਜਿੱਥੇ ਗੋਲੀਕਾਂਡ ਵਾਪਰਿਆ ਸੀ ਪੈਨਸਲਵੇਨੀਆ ਦੇ ਵਿੱਚ, ਅਤੇ ਉੱਥੋਂ ਦੀ ਜਿਹੜੀ ਸਵਾਟ ਟੀਮ ਆ ਉਹਨਾਂ ਨੇ ਏ ਬੀ ਸੀ ਦੇ ਨਾਲ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਸੀ। ਘੰਟਾ ਡੇਢ ਘੰਟਾ ਪਹਿਲਾਂ ਕਰੁਕਸ ਉੱਥੇ ਚਲਾ ਰਿਹਾ, ਡਰੋਨ ਉਡਾ ਰਿਹਾ ਆ, ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਜਿਹੜੇ ਐਕਟਿੰਗ ਚੀਫ ਰੋ ਆ ਉਹਨਾਂ ਨੇ ਕਿਹਾ ਵੀ ਜਿਹੜਾ ਕਾਊਂਟਰ ਡਰੋਨ ਸਿਸਟਮ ਆ ਉਹ ਪ੍ਰਿਵੈਂਟ ਕਰ ਸਕਦਾ ਸੀਗਾ ਸ਼ੂਟਿੰਗ ਨੂੰ ਜੇ ਉੱਥੇ ਅਸੀਂ ਲਾਇਆ ਹੁੰਦਾ। ਪਰ ਉਸ ਦਿਨ ਕਹਿੰਦੇ ਵੀ ਇਹ ਇਹ ਜਿਹੜੀ ਕਨੈਕਟਿਵਿਟੀ ਚੈਲੰਜ ਜਿਹੜਾ ਉਹ ਹੋਇਆ ਜਿਹਦੇ ਕਰਕੇ ਡਿਲੇ ਹੋਇਆ, ਅਤੇ ਡਰੋਨ ਸਿਸਟਮ ਆ ਉਹ ਡਿਪਲੋਏ ਅਸੀਂ ਨਹੀਂ ਜਿਹੜਾ ਹੁਣ ਕਰ ਸਕੇ। ਸੋ ਰੋਹਣਾ ਨੇ ਇਹ ਵੀ ਕਿਹਾ ਵੀ ਜਿਹੜਾ ਸੀਕਰਟ ਸਰਵਿਸ ਦਾ ਰੇਡੀਓ ਟ੍ਰੈਫਿਕ ਆ ਉਹ ਉਸ ਦਿਨ ਰਿਕਾਰਡ ਨਹੀਂ ਸੀ ਜਿਹੜਾ ਉਹ ਹੋ ਰਿਹਾ। ਸੋ ਹੁਣ ਉਹਨਾਂ ਨੇ ਆਪਸ 'ਚ ਕੀ ਗੱਲਾਂ ਕੀਤੀਆਂ ਆ ਉਹਦੇ ਬਾਰੇ ਪਤਾ ਨਹੀਂ, ਆਪਾਂ ਨੂੰ ਕਦੀ ਕੁਛ ਪਤਾ ਲੱਗ ਸਕੂਗਾ ਕਿ ਨਹੀਂ। ਉਹਦਾ ਪਬਲਿਕਲੀ ਜਿਹੜਾ ਮਾਈਕ ਸੀਗਾ ਉਹਨੇ ਜਿਹੜੀ ਆਵਾਜ਼ ਰਿਕਾਰਡ ਕੀਤੀ ਆ ਆਪਾਂ ਨੂੰ ਉਹੀ ਜਿਹੜੇ ਬਿਆਨ ਆ ਉਹਨਾਂ ਦੇ ਜਿਹੜੇ ਉਹ ਸੁਣ ਰਹੇ ਸੀ ਉਹੀ ਗੱਲਾਂ ਜਿਹੜੀਆਂ ਆਪਾਂ ਨੂੰ ਸਾਹਮਣੇ ਸੁਣੀਆਂ ਸੀ। ਕਈ ਚੀਜ਼ਾਂ ਹੋਰ ਇਹਦੇ ਵਿੱਚ ਆਈਆਂ, ਕਹਿੰਦੇ 155 ਦੇ ਕਰੀਬ ਲਾ ਇਨਫੋਰਸਮੈਂਟ ਆਫੀਸਰਸ ਉਸ ਟਾਈਮ ਉਸ ਰੈਲੀ ਵਾਲੀ ਜਗ੍ਹਾ ਦੇ ਉੱਤੇ ਸੀਗੇ ਜਦੋਂ ਸ਼ੂਟਿੰਗ ਹੋਈ ਆ। ਤੇ ਇੱਕ ਹੋਰ ਹੈਰਾਨੀਜਨਕ ਜਿਹੜੀ ਇਨਫੋਰਮੇਸ਼ਨ ਆਈ ਆ ਵੀ ਜਿਹੜਾ ਕਰੁਕਸ ਸੀਗਾ ਉਸਨੇ ਉੱਥੇ ਆਪਣਾ ਡਰੋਨ ਵੀ ਚਲਾਇਆ, ਤੇ ਕਹਿੰਦੇ ਵੀ 3:50 ਤੋਂ ਲੈ ਕੇ 4 ਤਾਈਂ ਲਗਭਗ ਕਹਿੰਦੇ 11 ਉਹਨੇ ਡਰੋਨ ਚਲਾਇਆ। ਤੇ ਹੁਣ FBI ਨੂੰ ਪੁੱਛਿਆ ਜਾ ਰਿਹਾ ਵੀ ਤੁਹਾਡਾ ਜਿਹੜਾ ਐਂਟੀ ਡਰੋਨ ਜਾਂ ਕੋਈ ਤੁਹਾਡੇ ਕੋਲ ਇੱਦਾਂ ਦਾ ਇਕਵਿਪਮੈਂਟ ਨਹੀਂ ਸੀ? ਕਹਿੰਦੇ ਜੀ ਸਾਡੇ ਕੋਲ ਉਸ ਟਾਈਮ ਉੱਥੇ ਟੈਕਨੀਕਲ ਡਿਫੀਕਲਟੀ ਸੀਗੀਆਂ ਤੇ ਸਾਡਾ ਓਪਰੇਸ਼ਨਲ ਨਹੀਂ ਸੀਗਾ 5 ਦੱਸੋ। ਇਹ ਤਾਂ ਸ਼ਰੇਆਮ ਜਿੱਦਾਂ ਫਿਰ ਇਹਨਾਂ ਦੀ ਜਿਹੜੀ ਗਲਤੀ ਹੈਗੀ ਆ, ਸ਼ਰੇਆਮ ਗਲਤੀ ਹੈ ਜੀ। ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਗੋਲੀ ਚੱਲ ਜਾਵੇ ਇਹ ਤਾਂ ਕੁਦਰਤੀ ਉਹਦਾ ਬਚਾਅ ਹੋ ਗਿਆ, ਤੇ ਨਹੀਂ ਤਾਂ ਕਿੱਡੀ ਵੱਡੀ ਹੋਰ ਇਹ ਵੀ ਬਹੁਤ ਵੱਡੀ ਨਮੋਸ਼ੀ ਆ। ਤੇ ਕੀ ਹੋਇਆ ਹੁਣ ਸੀਕਰਟ ਸਰਵਿਸ ਵਾਲੇ ਡਾਇਰੈਕਟਰ ਕਹਿ ਰਹੇ ਆ, ਕਹਿੰਦੇ ਵੀ ਵਿਲ ਬੀ ਬੈਕ ਟੂ ਯੂਜ਼ਿੰਗ ਰੇਡੀਓਜ਼ ਰਾਦਰ ਦੈਨ ਟੈਕਸਟ। ਇਹ ਮਤਲਬ ਆਪਸ ਦੇ ਵਿੱਚ ਟੈਕਸਟ ਕਰਦੇ ਸੀ ਲਿਖਣ ਦੇ ਲਈ ਰਾਦਰ ਦੈਨ ਰੇਡੀਓ। ਇਹ ਇੱਕ ਨਵੀਂ ਚੀਜ਼ ਜਿਹੜੀ ਹੁਣ ਸਾਹਮਣੇ ਆਈ ਆ। ਕਲੈਕਟਿਵ ਅਵੇਅਰਨੈਸ ਦੀ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਇਸ ਟਾਈਮ ਜ਼ਰੂਰਤ ਹੈਗੀ ਆ ਉਸ ਨੂੰ ਮੈਕਸੀਮਾਈਜ਼ ਕਰਨ ਦੇ ਲਈ। ਉਹਨਾਂ ਨੇ ਕੰਟੀਨਿਊ ਕਰਦੇ ਬੋਲਦੇ ਹੋਏ ਕਿਹਾ ਵੀ ਮੈਂ ਚਾਹੁੰਦਾ ਵੀ ਲੋਕ ਜਿਹੜੇ ਆ ਵੱਧ ਤੋਂ ਵੱਧ ਰੇਡੀਓ ਨੂੰ ਜਿਹੜਾ ਉਹ ਸੁਣ। ਸੋ ਰੇਡੀਓ ਸਭ ਤੋਂ ਫਾਸਟ ਮੀਡੀਅਮ ਹੈਗਾ ਆ ਕਿਸੇ ਵੀ ਤਰੀਕੇ ਦੇ ਵਿੱਚ ਜਦੋਂ ਤੁਸੀਂ ਇਹ ਚਾਹੁੰਦੇ ਆ ਇੱਕ ਦੂਜੇ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕਰਨ ਦੇ ਲਈ। ਟੈਕਸਟ ਮੈਸੇਜ ਜਿਹੜੇ ਲਾ ਇਨਫੋਰਸਮੈਂਟ ਦੇ ਅਸੈਸੀਨੇਸ਼ਨ ਅਟੈਂਪਟ ਤੋਂ ਪਹਿਲਾਂ ਆ ਉਹਨਾਂ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਸ਼ੂਟਰ ਦੀ ਪ੍ਰੈਜੈਂਸ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਸ਼ੱਕ ਭਿਣਕ ਸੀਗੀ 90 ਪਹਿਲਾਂ ਹੀ ਰੈਲੀ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਆ ਉਸ ਤੋਂ ਪਹਿਲਾਂ। ਸੋ ਕਿੱਦਾਂ ਉਹ ਰੂਫ ਤੇ ਚੜਿਆ, 8 ਜਿਹੜੀਆਂ ਗੋਲੀਆਂ ਉਸਨੇ ਟਰੰਪ ਹੁਣਾਂ ਦੇ ਉੱਤੇ ਚਲਾ ਦਿੱਤੀਆਂ, ਇਹ ਬਹੁਤ ਇੱਕ ਸਨਸਨੀਖੇਜ਼ ਉਸ ਦਿਨ ਜਿਹੜੀ ਉਹ ਚੀਜ਼ ਹੋਈ ਸੀ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਆਲਰੇਡੀ ਇੱਕ ਦੀ ਬਲੀ ਤਾਂ ਆਪਾਂ ਦੇਖ ਹੀ ਲਿਆ, ਡਾਇਰੈਕਟਰ ਦੀ ਬਲੀ ਤਾਂ ਲੈ ਹੋ ਗਈ ਆ। ਉਸ ਤੋਂ ਇਵੈਂਚੁਅਲੀ ਕੋਈ ਇਹ ਮਸਲਾ ਸੁਲਝਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਨਹੀਂ, ਭਰੋਸਾ ਹੁੰਦਾ ਆ ਸਾਰੇ ਲੀਡਰਸ ਨੂੰ, ਪ੍ਰੈਜੀਡੈਂਟ ਨੂੰ ਅਤੇ ਹੋਰ ਸਾਰਿਆਂ ਨੂੰ US ਦੀ ਜਿਹੜੀ ਸੀਕਰਟ ਸਰਵਿਸ ਦੇ ਉੱਤੇ ਵੀ ਉਹ ਲੀਡਰਸ ਦੀ ਜਿਹੜੀ ਆ ਜਾਨ ਮਾਲ ਦੀ ਜਿਹੜੀ ਉਹ ਰਾਖੀ ਕਰਨਗੇ। ਸੋ ਪਰ ਇੱਦਾਂ ਦਾ ਜਿਹੜਾ ਫੇਲੀਅਰ ਆ ਉਸਨੇ ਬਹੁਤ ਸਾਰੇ ਨਵੇਂ ਜਿਹੜੇ ਸਵਾਲ ਆ ਲੋਕਾਂ ਦੇ ਸਾਹਮਣੇ ਇਹਨਾਂ ਲੀਡਰਸ ਦੇ ਮੋਹਰੇ ਵੀ ਰੱਖ ਦਿੱਤੇ ਆ ਜੀ।
ਅਗਲੀ ਖਬਰ ਵਿੱਚ ਚਲੀਏ, ਸੈਕਰਾਮੈਂਟੋ ਤੋਂ ਆ ਰਹੀ ਹੈ। ਜਿਹੜੇ ਸਰੋਤੇ ਸਾਡੇ ਉਸ ਏਰੀਏ 'ਚ ਆ ਹਾਈਵੇ 80 ਦੇ ਲਾਗੇ, ਉੱਥੇ ਇੱਕ ਬਹੁਤ ਡੈਡਲੀ ਕ੍ਰੈਸ਼ ਹੋਇਆ ਹੈਗਾ ਆ। ਉਹਦੇ 'ਚ ਕੁਛ ਮੌਤਾਂ ਵੀ ਹੋ ਸਕਦੀਆਂ ਆ, ਕਲੀਅਰ ਨਹੀਂ ਹੈ, ਪਰ ਕਈ ਜਿਹੜੀਆਂ ਆ, ਇੱਕ ਤਾਂ ਕਨਫਰਮ ਹੋ ਗਿਆ ਡੈਡ, ਤੇ ਕਈ ਕਾਰਾਂ ਜਿਹੜੀਆਂ ਆ ਇਸ ਐਕਸੀਡੈਂਟ ਦੇ ਵਿੱਚ ਇਨਵੋਲਵ ਹੈਗੀਆਂ। KCRA 3 ਜਿਹੜਾ ਟੀਵੀ ਚੈਨਲ ਆ ਉਹ ਕਹਿੰਦਾ ਵੀ ਡਿਵੈਲਪਿੰਗ ਸਟੋਰੀ ਹੈਗੀ ਆ। ਸੋ ਤੜਕੇ ਹੋਇਆ ਸੀ ਐਕਸੀਡੈਂਟ, ਹਜੇ ਵੀ ਜਿਹੜਾ ਹਾਈਵੇ 80 ਨਾਰਥ ਗੇਟ ਬੁਲੇਵਰਡ ਦੇ ਲਾਗੇ ਆ ਉਹ ਬੰਦ ਕੀਤਾ ਹੋਇਆ ਜੀ। ਖਬਰ ਅਗਲੀ ਜਿਹੜੀ ਇੰਗਲੈਂਡ ਤੋਂ ਆ ਰਹੀ ਆ, ਜਿੱਥੇ ਹਰਜੋਤ ਸਿੰਘ ਜੀ ਇੱਕ ਸਟੈਬਿੰਗ ਅਟੈਕ ਦੇ ਵਿੱਚ 3 ਬੱਚਿਆਂ ਦੀ ਮੌਤ ਹੋਈ ਆ ਤੇ ਕਈ ਜਿਹੜੇ ਜ਼ਖਮੀ ਹੋਏ ਆ। ਇੱਕ ਜਿਹੜਾ ਆ ਇੱਕ US ਦੀ ਜਿਹੜੀ ਸਿੰਗਰ ਆ ਟੇਲਰ ਸਵਿਫਟ, ਉਸ ਦਾ ਜਿਹੜਾ ਸਾਊਥਪੋਰਟ ਦੇ ਵਿੱਚ ਕਹਿੰਦੇ ਵੀ ਡਾਂਸ ਕਲਾਸ ਸੈਲੀਬ੍ਰੇਟ ਜਿਹੜੀ ਉਹ ਕੀਤੀ ਜਾ ਰਹੀ ਸੀ। ਟੇਲਰ ਸਵਿਫਟ ਆਪ ਤਾਂ ਉੱਥੇ ਮੌਜੂਦ ਨਹੀਂ ਸੀ, ਪਰ ਉਸਦੇ ਜਿਹੜੇ ਚਾਹੁਣ ਵਾਲੇ ਆ ਉਹ ਉੱਥੇ ਆ ਕੇ ਜਿਹੜਾ ਉਹ ਫਨ ਕਰ ਰਹੇ ਸੀ, ਪਰ ਉਸੇ ਦੌਰਾਨ ਇਹ ਸਟੈਬਿੰਗ ਤੇਜ਼ਧਾਰੀ ਹਥਿਆਰ ਦੇ ਨਾਲ ਕਿਸੇ ਨੇ ਜਿਹੜੇ ਉਹ ਹਮਲਾ ਉੱਥੇ ਸ਼ੁਰੂ ਕਰ ਦਿੱਤਾ। ਕੱਲ੍ਹ ਜਦ ਆਪਾਂ ਦੇਖ ਰਹੇ ਸੀਗੇ ਤਾਂ ਇੱਕ ਜਣੇ ਦੀ, ਇੱਕ ਬੱਚੇ ਦੀ ਮੌਤ ਦੀ ਖਬਰ ਸੀ, ਪਰ ਉਹ ਹੁਣ ਅੰਕੜਾ ਵੱਧ ਕੇ 3 ਦੇ ਉੱਤੇ ਪਹੁੰਚ ਚੁੱਕਾ ਹੈ ਤੇ ਕਈ ਅਜੇ ਵੀ ਜ਼ਖਮੀ ਆ। ਹੁਣ ਟੇਲਰ ਸਵਿਫਟ ਆਪਣੇ ਇੰਸਟਾਗ੍ਰਾਮ ਦੇ ਉੱਤੇ ਜਿਹੜੀ ਉਹ ਲਿਖਦੀ ਹੈ, ਕਹਿੰਦੀ ਵੀ ਸਾਊਥਪੋਰਟ ਦੇ ਵਿੱਚ ਜੋ ਕੱਲ੍ਹ ਹੌਰਰ ਵਾਪਿਆ ਆ ਉਹ ਬਹੁਤ ਹੀ ਮੰਦਭਾਗਾ ਆ, ਤੇ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਜਿਹੜੀ ਉਹ ਸ਼ੌਕ ਦੇ ਵਿੱਚ ਹੈਗੀ ਆ। ਸੋ 17 ਸਾਲਾਂ ਦਾ ਇੱਕ ਜਿਹੜਾ ਆ ਉਸ ਬੱਚੇ ਨੂੰ, ਜਿਹੜਾ ਕਹਿ ਲਓ ਵੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਆ ਅਟੈਂਪਟਡ ਮਰਡਰ ਤੇ ਸਸਪੀਸ਼ਨ ਆਫ ਮਰਡਰ ਦੇ ਜਿਹੜੇ ਉਹ ਚਾਰਜਿਸ ਦੇ ਵਿੱਚ। ਸੋ 8 ਹੋਰ ਜਿਹੜੇ ਬੱਚਿਆਂ ਨੂੰ ਸਟੈਬ ਵੂਨਸ ਲੱਗੇ ਆ ਇਸ ਹਮਲੇ ਦੇ ਵਿੱਚ, ਜਿਨ੍ਹਾਂ ਚੋਂ 5 ਅਜੇ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਹੋ ਗਏ ਆ। ਇਸ ਦੇ ਨਾਲ ਨਾਲ ਬੱਚਿਆਂ ਤੋਂ ਇਲਾਵਾ 2 ਹੋਰ ਅਡਲਟ ਉਹ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਿਹੜੇ ਉਹ ਜਾ ਰਹੇ ਆ ਇਸ ਇੰਸੀਡੈਂਟ ਤੋਂ ਬਾਅਦ 'ਚ। ਮੈਰੀਸਾਈਡ ਪੁਲਿਸ ਦੇ ਜਿਹੜੇ ਚੀਫ ਕਾਂਸਟੇਬਲ ਸਰੀਨਾ ਕੈਨੇਡੀ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਪੁਲਿਸ ਇਹ ਮੰਨਦੀ ਆ ਵੀ ਜਿਹੜਾ ਅਟੈਕਰ ਆ ਉੱਥੇ ਆਰਮਡ ਆਇਆ ਨਾਈਫ ਦੇ ਨਾਲ, ਤੇ ਉਹਨੇ ਬੱਚਿਆਂ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ, ਤੇ ਕਹਿੰਦੇ ਵੀ ਜਿਹੜੇ ਅਡਲਟ ਆ ਉਹਨਾਂ ਨੇ ਬੱਚਿਆਂ ਨੂੰ ਬਚਾਉਣ ਖਾਤਰ ਆਪਣੇ ਉੱਤੇ ਵੀ ਜਿਹੜੀਆਂ ਸੱਟਾਂ ਆ ਉਹ ਸਹੇੜੀਆਂ ਆ, ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਵੀ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਅਟੈਕਰ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। US ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਉਹਨਾਂ ਨੇ ਜਿਹੜਾ ਉਹ ਕੀਤਾ ਵੀ ਕਹਿੰਦੇ ਵੀ ਇਸ ਘਟਨਾ ਨੇ ਪੂਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਆ ਜੋ ਸਾਊਥ ਪੋਰਟ ਇੰਗਲੈਂਡ 'ਚ ਵਾਪਰਿਆ ਆ। ਅਗਲੀ ਖਬਰ ਦੇ ਵਿੱਚ ਚਲੀਏ, ਉਹ ਮਿਡਲ ਈਸਟ ਨੂੰ ਲੈ ਕੇ ਆ। ਨਿਊਯਾਰਕ ਟਾਈਮ ਨੇ ਵੀ ਅੱਜ ਖਬਰ ਛਾਪੀ ਆ ਵੀ US ਤੇ ਜਿਹੜਾ ਇਰਾਨ ਦਾ ਕਨਫਲਿਕਟ ਆ ਉਹ ਮਿਡ ਈਸਟ ਦੇ ਵਿੱਚ ਵੱਧ ਰਿਹਾ ਹੈਗਾ, ਤੇ ਇਰਾਕ ਜਿਹੜਾ ਆ ਇਹ ਸਾਰੇ ਪਾਸੇ ਦੇ ਮਿਡਲ ਦੇ ਵਿੱਚ ਆ ਰਿਹਾ ਹੈਗਾ। ਇਰਾਕ 'ਚ ਆਪਾਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਕਿੰਨੀ ਜਿਹੜੀ ਆ ਤਬਾਹੀ ਹੋਈ ਹੈਗੀ ਆ, ਕਿਉਂਕਿ ਪਿਛਲੇ ਦਿਨਾਂ 'ਚ ਲੈਬਨਾਨ ਨੇ ਇਜ਼ਰਾਈਲ ਦੇ ਇੱਕ ਜੋ ਪਲੇਗਰਾਉਂਡ ਸੀ ਬੱਚਿਆਂ ਦੀ ਉੱਥੇ ਮਿਜ਼ਾਈਲ ਸਿੱਟੀਆਂ, ਜਿਹਦੇ ਨਾਲ 12 ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ, ਤੇ ਲੈਬਨਾਨ ਨੂੰ ਜਿਹੜੇ ਇਰਾਨ ਵਾਲੇ ਆ ਉਹ ਸ਼ਰੇਆਮ ਜਿਹੜੀ ਸਪੋਰਟ ਕਰਦੇ ਹੈਗੇ ਆ। ਇਰਾਕ ਦੇ ਵਿੱਚ ਹਜੇ ਵੀ 2500 ਤੋਂ ਵੱਧ ਅਮਰੀਕਨ ਟਰੂਪ ਹੈਗੇ ਆ ਪਿਛਲੇ 20 ਮਹੀਨਿਆਂ ਤੋਂ, ਤੇ ਇੱਕ ਤਰ੍ਹਾਂ ਦੇ ਨਾਲ ਬੈਲੈਂਸ ਰੱਖਣ ਦੇ ਲਈ ਹਜੇ ਜਿਹੜੇ ਟਰੂਪ ਉੱਥੇ ਰੱਖੇ ਹੋਏ ਹੈਗੇ ਆ। ਪਰ ਇਰਾਨ ਵਾਲੇ ਕਹਿੰਦੇ ਨੈਟਵਰਕ ਆਫ ਪ੍ਰੋਕਸੀ ਫੋਰਸਿਸ ਉਹਨਾਂ ਦੀਆਂ ਮਿਡਲ ਈਸਟ ਦੇ ਵਿੱਚ ਹੈਗੀਆਂ ਆ, ਹੈਜ਼ਬੁੱਲਾ ਲੈਬਨਾਨ 'ਚ ਆ, ਹਮਾਸ ਗਾਜ਼ਾ ਦੇ ਵਿੱਚ ਹੈਗਾ। ਸੋ ਕਿਤੇ ਨਾ ਕਿਤੇ ਜਿਹੜੇ ਸ਼ਰਾਰਤਾਂ ਕਰਦੇ ਰਹਿੰਦੇ ਆ ਵੀ ਅਮੈਰੀਕਨ, ਬ੍ਰਿਟਿਸ਼ ਤੇ ਇਜ਼ਰਾਈਲੀ ਫੋਰਸਿਸ ਦੇ ਅਗੇਂਸਟ, ਤੇ ਇਸੇ ਤਰ੍ਹਾਂ
ਇਜ਼ਰਾਈਲ ਦੇ ਵਿੱਚ ਇੱਕ ਪੈਲਸਤੀਨੀਅਨ ਦਾ ਰੇਪ ਕੀਤਾ ਗਿਆ ਤੇ 8 ਜਾਣੇ ਜਿਹੜੇ ਸੀ ਉਹ ਜੇਲ੍ਹ ਦੇ ਵਿੱਚ ਭੇਜੇ ਗਏ ਇਜ਼ਰਾਈਲੀ ਡਿਫੈਂਸ ਫੋਰਸਿਸ ਦੇ ਰਿਜ਼ਰਵਿਸਟ ਤੇ ਉੱਥੇ ਦੇ ਜਿਹੜੇ ਅਲਟਰਾ ਰਾਈਟ ਵਿੰਗ ਇਜ਼ਰਾਈਲੀ ਨੈਸ਼ਨਲਿਸਟ ਹੈਗੇ ਆ ਉਹਨਾਂ ਨੇ ਜਿਹੜੀਆਂ ਮਿਲਟਰੀ ਦੀਆਂ ਫੈਸਿਲਿਟੀਜ਼ ਆ ਜਿੱਥੇ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਸੀ ਜਿਨ੍ਹਾਂ ਨੇ ਰੇਪ ਕੀਤਾ ਸੀ 9 ਦੇ ਕਰੀਬ ਇਜ਼ਰਾਈਲ ਡਿਫੈਂਸ ਫੋਰਸਿਸ ਦੇ ਉਹਨਾਂ ਨੂੰ ਉੱਥੋਂ ਉਹਨੇ ਛੁਡਾ ਲਿਆ ਤੇ ਉਹ ਕਹਿੰਦੇ ਵੀ ਇਹ ਸਾਰਾ ਕੁਛ ਸਹੀ ਹੈਗਾ ਆ ਇਹਨਾਂ ਨੂੰ ਤੁਸੀਂ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਹੈਗੇ ਜੀ।